ਪਾਕ ਮੁਹੰਮਦ ਮੁਸਤਫਾ ਆਪ ਨੇ ਇੱਕ ਹਜ ਕੀਤਾ ਕਿ ਨਬੀ ਕਰੀਮ ਨੇ ਇੱਕ ਹਜ ਕੀਤਾ, ਉਹ ਵੀ ਸਾਨੂੰ ਸਮਝਾਉਣ ਵਾਸਤੇ ਕੀਤਾ, ਕਿਉਂਕਿ ਬੇਦਮ ਸ਼ਾਹ ਸਾਹਿਬ ਲਿਖਦੇ ਨੇ, ਅੱਲਾਹੁ ਅਕਬਰ, ਕਿ ਬੇਦਮ ਸ਼ਾਹ ਸਾਹਿਬ ਲਿਖਦੇ ਨੇ ਇੱਕ ਕਾਬੇ ਕਾ ਕਾਬਾ ਹੈ ਮੁਹੰਮਦ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ, ਕਿ ਨਬੀ ਪਾਕ ਹਜ ਤੋਂ ਵਾਪਸ ਆ ਰਹੇ ਨੇ ਅਤੇ ਮੈਦਾਨ ਆ ਗਿਆ ਖੁੰਮ ਕਦੀਰ ਅਤੇ ਪਾਕ ਅੱਲਾ ਦਾ ਆਰਡਰ ਆ ਗਿਆ ਕੁਰਾਨ ਕਰੀਮ 'ਚ। ਯਾ ਅਯੂਹ ਰਸੂਲ ਬਲਿਗ ਮਾ ਉਨਜ਼ਿਲਾ ਅਲੈਕ ਮਿਨ ਰੱਬਿਕ ਵਇਨ ਲਮ ਤਫਅਲ ਫਮਾ ਬਲਗਤ ਰਿਸਾਲਤ ਵੱਲਾਹੁ ਯਾਸਿਮੁਕਾ ਮਿਨਨ ਨਾਸ। ਇਹ ਮੈਂ ਕੁਰਾਨ ਕਰੀਮ ਦੀ ਆਇਤ ਤੁਹਾਡੇ ਸਾਹਮਣੇ ਪੇਸ਼ ਕੀਤੀ। ਅੱਲਾ ਫਰਮਾਇਆ ਮੇਰਾ ਸੋਹਣਾ ਮੁਹੰਮਦ ਕਿ ਜਿਹੜਾ ਪੈਗਾਮ ਮੈਂ ਤੁਹਾਡੇ ਤੱਕ ਪਹੁੰਚਾਇਆ ਇਹਨਾਂ ਸਾਰਿਆਂ ਤੱਕ ਪਹੁੰਚਾ ਦਿਓ। ਕਿ ਨਬੀ ਪਾਕ ਨੇ ਫਰਮਾਇਆ ਮਿੰਬਰ ਚਾਹੀਦਾ ਮਿੰਬਰ, ਅਤੇ ਸਹਾਬਾ ਨੇ ਅਰਜ਼ ਕੀਤੀ ਯਾ ਰਸੂਲ ਅੱਲਾ ਜੀ ਮਿੰਬਰ ਜਾਂ ਮੱਕੇ ਜਾਂ ਮਦੀਨੇ, ਇਹ ਤਾਂ ਉਜਾੜ ਵੀ ਹੈ ਬਾਹਰ। ਆਪ ਨੇ ਫਰਮਾਇਆ ਊਠਾਂ ਦੇ ਪਲਾਨ ਹੈ, ਉਹਨਾਂ ਨੂੰ ਉਤਾਰੋ, ਉਹਨਾਂ ਨੂੰ ਜੋੜ ਕੇ ਮਿੰਬਰ ਤਿਆਰ ਕਰੋ। ਅਤੇ ਸਹਾਬਾ ਕਰਾਮ ਨੇ ਉਂਝੇ ਕੀਤਾ ਜਿਵੇਂ ਹਜ਼ੂਰ ਫਰਮਾਇਆ। ਉਹ ਮਿੰਬਰ ਤਿਆਰ ਹੋ ਗਿਆ, ਉੱਤੇ ਪਾਕ ਮੁਹੰਮਦ ਮੁਸਤਫਾ ਜਲਵਾ ਕਰ ਹੋਏ। ਅੱਗੇ ਮਜਮਾ ਕਿੰਨਾ ਸੀ? 1,24,000 ਸਹਾਬਾ ਕਰਾਮ। ਉਦੋਂ ਇਹ ਸਾਊਂਡ ਕੋਈ ਸੀ, ਉਦੋਂ ਸਪੀਕਰ ਕੋਈ ਸੀ। 1,24,000 ਬੰਦੇ ਨੇ ਕਿ ਨਬੀ ਪਾਕ ਦਾ ਖੁਤਬਾ ਸੁਣਿਆ। ਸੁਭਾਨ ਅੱਲਾ। ਇਹਨੂੰ ਬੇਟੇ ਤੇਰਾ ਗੁੱਸਾ ਲੈ ਜਾ, ਸ਼ੋਰ ਹੈ ਅਤੇ ਮੈਂ ਖੁਤਬਾ ਸੁਣਾਉਣ ਲੱਗਾ। ਕਿ ਨਬੀ ਕਰੀਮ ਇਹ ਮਿੰਬਰ 'ਤੇ ਜਲਵਾ ਕਰ ਰਹੇ ਅਤੇ ਮਿੰਬਰ 'ਤੇ ਖਲੋ ਕੇ ਸਰਕਾਰ ਨੇ ਫਰਮਾਇਆ ਮੇਰੀ ਜਾਨ ਮੇਰੀ ਜਾਨ ਮੇਰੀ ਜਾਨ ਮੇਰੀ ਜਾਨ। 1,24,000 ਸਿਆਬਾ ਗ੍ਰਾਮ ਇੱਕ ਦੂਜੇ ਦੇ ਮੂੰਹ ਨੂੰ ਪਵੇਂਦੇ ਨੇ ਕਿ ਸਰਕਾਰ ਨੇ ਕਿਹਨੂੰ ਫਰਮਾਇਆ ਮੇਰੀ ਜਾਨ। ਸਾਰੇ ਮਜਮੇ 'ਚੋਂ ਇੱਕੋ ਹਸਤੀ ਉੱਠੀ ਹੈ, ਅਨਫੁਸਨਾ ਅਨਫੁਸਕੁਮ ਯਾ ਅਲੀ ਪਾਕ ਟੁਰ ਕੇ ਮੁਹੰਮਦ ਮੁਸਤਫਾ ਦੇ ਕੋਲ ਆਏ। ਪਾਕ ਮੁਹੰਮਦ ਮੁਸਤਫਾ ਨੇ ਆਪਣੇ ਵੀਰ ਦਾ ਬਾਜ਼ੂ ਫੜ ਕੇ ਬੁਲੰਦ ਕਰਕੇ ਫਰਮਾਇਆ ਸੁਣ ਲੈ ਮੇਰੇ ਖੁਦਾ ਦਾ ਫਰਕਾਨ ਹੋ ਗਿਆ
ਅਮਲ ਤੋਂ ਦੀ ਸਕਦੇ ਹੈ ਜਬਰੀਲ ਪਾਕ ਇਹ ਨਬੀ ਪਾਕ ਦੀਆਂ ਚਾਦਰਾਂ ਵੀ ਲੈ ਕੇ ਆਉਂਦਾ ਰਿਹਾ ਯਾ ਯੂ ਹਲ ਮੁਜ਼ੰਮਿਲ ਇਹ ਕਾਲੀ ਚਾਦਰ ਵੀ ਲਿਆਉਂਦਾ ਰਿਹਾ ਯਾ ਯੂ ਹਲ ਮੁਦੱਸਰ ਇਹ ਸਫੈਦ ਚਾਦਰ ਵੀ ਲਿਆਉਂਦਾ ਰਿਹਾ ਅਤੇ ਚਾਦਰੇ ਤੋਂ ਤਹੀਰ ਵੀ ਲਿਆਉਂਦਾ ਰਿਹਾ ਅਤੇ ਨਬੀ ਪਾਕ ਦੀ ਨਾਲੈਣ ਸਾਫ ਕਰਨ ਵੀ ਆਉਂਦਾ ਰਿਹਾ ਅਤੇ ਨਬੀ ਪਾਕ ਦੀ ਚੱਕੀ ਪੀਣ ਵੀ ਆਉਂਦਾ ਰਿਹਾ ਅਤੇ ਨਬੀ ਪਾਕ ਦੇ ਭਾਂਡੇ ਧੋਣ ਵੀ ਆਉਂਦਾ ਰਿਹਾ ਅਤੇ ਜਦੋਂ ਕੋਈ ਨੌਕਰ ਆਵੇ ਨਾ ਘਰ ਵਿੱਚ ਚੱਕੀ ਪੀਣ ਜਾਂ ਭਾਂਡੇ ਧੋਣ ਕਿਉਂਕਿ ਦਰ ਛੋਟਾ ਨਹੀਂ ਇਹ ਦਰ ਰਹਿਮਤ ਲਿਲ ਆਲਮੀਨ ਦਾ ਉਹ ਖਾਣਾ ਹੀ ਇੰਨਾ ਖਵਾਉਂਦੇ ਸਨ ਕਈ ਆਉਂਦੇ ਨੇ ਇਹ ਸਲਾਮ ਉਸ ਬਾਰ ਜਿਸ ਕੇ ਘਰ ਮੈਂ ਨਾ ਚਾਂਦੀ ਸੀ ਨਾ ਸੋਨਾ ਤਾ ਹੁਣ ਗੱਲ ਇੱਧਰ ਮੇਰੇ ਵੱਲ ਧਿਆਨ ਨਾ ਸੁਣਨੀ ਅੱਜ ਦੋ ਬੰਦਿਆਂ ਨੂੰ ਨਾ ਖਾਣਾ ਖਵਾਉਣਾ ਔਖਾ ਹੋ ਜਾਂਦਾ ਅਤੇ ਜਿਹਦਾ ਦਾਦਾ 100 ਊਠ ਜ਼ਿਬਾ ਕਰਕੇ ਆਪਣੇ ਪੁੱਤਰ ਦਾ ਸਦਕਾ ਖਵਾਏ ਰੋਜ਼ ਉਹ ਕਿੱਡੇ ਕੁ ਸੈਂਸ ਹੋਣਗੇ 100 ਊਠ ਖਾਣੇ ਕਾਬੇ ਦੇ ਸਾਹਮਣੇ ਇਹ ਸਰਕਾਰ ਅਬਦੁਲ ਮੁਤਲਬ ਨੇ ਜ਼ਿਬਾ ਕਰਾਇਆ ਅਤੇ ਸਰਕਾਰੇ ਅਬਦੁੱਲਾ ਦਾ ਸਦਕਾ ਖੁਆਇਆ ਅਤੇ ਇੱਕ ਵਾਰੀ ਨਹੀਂ ਕਈ ਵਾਰੀ ਖੁਆਇਆ 100 ਊਠ ਹੀ ਖੁਆਇਆ ਅਤੇ ਜਿਹੜਾ 100 ਊਠ ਖਵਾਉਂਦਾ ਉਹ 100 ਊਠ ਨੂੰ ਪਕਾਉਣ ਵਾਲੇ ਕਿੰਨੇ ਹੋਣਗੇ ਅਤੇ ਉੱਥੇ ਆਟਾ ਕਿੰਨਾ ਖਰਚ ਹੋਇਆ ਇਹ ਜਬਰੀਲ ਨਾ ਇੰਜ ਭਾਂਡੇ ਧੋਂਦਾ ਅਤੇ ਲੇਟ ਹੋ ਗਿਆ ਅਤੇ ਦੂਜਿਆਂ ਫਰਿਸ਼ਤਿਆਂ ਪੁੱਛਿਆ ਅੱਲਾ ਅੱਜ ਸਾਡਾ ਸਰਦਾਰ ਜਬਰੀਲ ਕਿੱਥੇ ਵੇ ਅਤੇ ਜਿਹੜਾ ਅੱਲਾ ਜਵਾਬ ਦਿੱਤਾ ਉਹ ਮੈਂ ਪੇਸ਼ ਕਰ ਰਿਹਾ ਪੁੱਛਿਆ ਮਲੇਕਾ ਰੱਬ ਤੋਂ ਜਬਰੀਲ ਅੱਜ ਕਹਾਂ ਹੈ ਦੱਸਿਆ ਹੈ ਖੁਦ ਖੁਦਾ ਨੇ ਵੱਡਿਆਂ ਦੇ ਘਰ ਗਿਆ ਸਹੀ ਅਦਾ ਦਰਬਾਰ ਹੋ ਗਿਆ ਜਿਬਰੀਲ ਅੱਜ ਕਹਾਂ ਹੈ
ਨਾਮ 99